ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪੋਲਿਟੀਕਲ ਸਾਇੰਸ ਪਲੱਸ 1 ਤੇ ਪਲੱਸ 2 ਤੇ ਆ ਨਵੰਬਰ 2022 ਐਗਜ਼ਾਮ ਦਾ ਬਾਈ ਮੰਤਰੀ ਜਿਹੜਾ ਐਗਜ਼ਾਮ ਹੈ ਉਹਦਾ ਸਿਲੇਬਸ ਕੀ ਹੋਏਗਾ ਇਹ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਮੈਕਸਿਮਮ ਸਟੂਡੈਂਟਸ ਵਿੱਚ ਤੇ ਆਓ ਦੇਖੀਏ ਕੀ ਸਿਲੇਬਸ ਆਗਾ ਨਵੰਬਰ ਦਾ ਸੋ ਪਿਆਰੇ ਵਿਦਿਆਰਥੀ ਉਸ ਤੋਂ ਪਹਿਲੇ ਗੱਲ ਕਰੀਏ ਪਲਸ 2 ਦੀ ਪਲਸ 2 ਦੇ ਟੌਪਿਕ ਜਿਹੜੇ ਨਵੰਬਰ ਚ ਨੇ ਉਹਨਾਂ ਦਾ ਤੁਹਾਨੂੰ ਜ਼ਿਕਰ ਕਰਨ ਲੱਗੇ ਆ ਸਤੰਬਰ ਅਕਤੂਬਰ ਤੇ ਨਵੰਬਰ ਦਾ ਜੋ ਸਿਲੇਬਸ ਹੈ ਪਲਸ 2 ਦਾ ਉਹ ਤੁਹਾਨੂੰ ਮੈਂ ਦੱਸਣ ਜਾ ਰਿਹਾ ਹਾਂ ਲਓ ਜੀ ਇਹ ਟਾਪਿਕ ਨੇ ਸਤੰਬਰ ਅਕਤੂਬਰ ਦੇ ਸਤੰਬਰ ਮਹੀਨੇ ਦੇ ਟਾਪਿਕ ਹੀ ਨੇ ਨੌਕਰਸ਼ਾਈ ਚੈਪਟਰ ਹੈਗਾ ਲੋਕਮਤ ਚੈਪਟਰ ਹੈਗਾ ਸ਼ਹਿਰੀ ਲੋਕਤੰਤਰੀ ਸਥਾਨਕ ਸੰਸਥਾਵਾਂ ਤੇ ਭਾਰਤ ਵਿੱਚ ਦਲ ਪ੍ਰਣਾਲੀ ਦਾ ਸਰੂਪ ਪਾਠ B ਦਾ ਭਾਰਤ ਵਿੱਚ ਰਾਜਨੀਤਿਕ ਦਲ ਨੀਤੀਆਂ ਤੇ ਪ੍ਰੋਗਰਾਮ ਸੀ ਪੋਲਿਟਿਕਲ ਪਾਰਟੀਆਂ ਨੇ ਠੀਕ ਹੈ ਇਸੇ ਤਰ੍ਹਾਂ ਨਵੰਬਰ ਮਹੀਨੇ ਦੇ ਟੌਪਿਕ ਬੇਟਾ ਨਵੰਬਰ ਕਿਉਂਕਿ ਨਵੰਬਰ ਦਸੰਬਰ ਇਕੱਠਾ ਲਿਖਿਆ ਇਹ ਦੇਖੋ ਨਵੰਬਰ ਦਸੰਬਰ ਇਕੱਠਾ ਲਿਖਿਆ ਇਸ ਕਰਕੇ ਇਹਨਾਂ ਚੋਂ ਜਿਹੜੇ ਲੈਕਚਰਰ ਸਹਿਬਾਨ ਨੇ ਉਹਨਾਂ ਦੀ ਆਪਣੀ ਮਰਜ਼ੀ ਹੈ ਹਰ ਸਕੂਲ ਨੇ ਆਪਣਾ ਪੇਪਰ ਪਾਉਣਾ ਪਰ ਇਹ ਟੌਪਿਕ ਸਿਲੇਬਸ 'ਚ ਹੁਣ ਨਹੀਂ ਹੈ ਜਿਹੜਾ ਦਲ ਪ੍ਰਣਾਲੀ ਵਾਲਾ ਟੌਪਿਕ ਹੈ ਸਿਲੇਬਸ 'ਚੋਂ ਬਾਹਰ ਨਿਕਲ ਚੁੱਕਾ ਇਸ ਕਰਕੇ ਚੋਣ ਪ੍ਰਣਾਲੀ ਚੈਪਟਰ ਚੁੱਕ ਸਕਦੇ ਨੇ ਲੈਕਚਰਰ ਸਹਿਬਾਨ ਠੀਕ ਹੈ ਸੋ ਮੈਂ ਸੋਚਦਾ ਵੀ ਇੱਕ ਹੀ ਚੈਪਟਰ ਲੈਣਾ ਚਾਹੀਦਾ ਨਵੰਬਰ ਚ ਚੋਣ ਪ੍ਰਣਾਲੀ ਵੈਸੇ ਨਵੰਬਰ ਤੇ ਦਸੰਬਰ ਮਹੀਨੇ ਦੇ ਟੌਪਿਕ ਵਿੱਚ ਰਾਸ਼ਟਰੀ ਏਕੀਕਰਨ ਵੀ ਹੈਗਾ ਭਾਰਤ ਦੀ ਵਿਦੇਸ਼ ਨੀਤੀ ਤੇ ਮੋਡਲਿਸ ਸਿਧਾਂਤ ਵੀ ਹੈਗੇ ਆ ਤੇ ਭਾਰਤ ਤੇ ਸੰਯੁਕਤ ਰਾਸ਼ਟਰ ਵੀ ਹੈਗਾ ਪਰ ਕਿਉਂਕਿ ਦਸੰਬਰ ਮਹੀਨਾ ਨਾਲ ਐਡ ਹੈ ਇਸ ਕਰਕੇ ਇਹਨਾਂ ਚਾਰਾਂ ਦੇ ਵਿੱਚੋਂ ਜੇਕਰ ਲੈਕਚਰਰ ਬੜਾ ਚਾਹੁਣ ਤੇ ਆ ਦੋ ਟੌਪਿਕ ਚੁੱਕ ਸਕਦੇ ਆ ਚੋਣ ਪ੍ਰਣਾਲੀ ਤੇ ਰਾਸ਼ਟਰੀ ਏਕੀਕਰਨ ਇਹ ਪਲੱਸ 2 ਦੇ ਸਿਲੇਬਸ ਤੁਹਾਨੂੰ ਮੈਂ ਸ਼ੇਅਰ ਕਰਤਾ ਪਲੱਸ 2 ਦੇ ਉਹੀ ਟੌਪਿਕ ਹੈ ਜਿਹੜਾ ਆ ਦੇਖੋ ਇਹ ਜੀਡੀਪਲਸ 2 ਦੇ ਟਾਪਿਕ ਨੇ ਇਹ ਹੀ ਸਾਰੇ ਟਾਪਿਕ ਹੈ ਇਹਦੇ ਵਿੱਚੋਂ ਵੀ ਨਵੰਬਰ ਦਸੰਬਰ ਲਿਖਿਆ ਹੋਇਆ ਸਾਰੇ ਚ ਟਾਪਿਕ ਨਹੀਂ ਲੈਣੇ ਦਲ ਪ੍ਰਣਾਲੀ ਦਾ ਚੈਪਟਰ ਸਾਖ ਸ਼ਾਮਿਲ ਹੀ ਨਹੀਂ ਹੈ ਚੋਣ ਪ੍ਰਣਾਲੀ ਤੱਕ ਜਿਹੜਾ ਟਾਪਿਕ ਤੁਹਾਨੂੰ ਆ ਸਕਦਾ ਜਾਂ ਬੜੀ ਹੱਦ ਨੂੰ ਜ਼ਿਆਦਾ ਹੋਏਗਾ ਤੇ ਰਾਸ਼ਟਰੀ ਕਰਨ ਲਾਸਟ ਦੋ ਟਾਪਿਕ ਮੈਂ ਸੋਚਦਾ ਵੀ ਨਹੀਂ ਸਿਲੇਬਸ ਛਾਣੇ ਚਾਹੀਦੇ ਇਸੇ ਤਰ੍ਹਾਂ ਪਲਸ 1 ਦੀ ਗੱਲ ਕਰੀਏ ਉਹ ਦੇਖਿਓ ਪਲਸ 1 ਦੇ ਟੌਪਿਕ ਕਿਹੜੇ ਨੇ ਪਲਸ 1 ਦੇ ਸਤੰਬਰ ਅਕਤੂਬਰ ਦੇ ਟੌਪਿਕ ਕਾਫੀ ਨੇ ਸਮਾਨਤਾ ਕਿਹੜਾ ਟੌਪਿਕ ਨੇ ਸਮਾਨਤਾ ਨਿਆਂ ਰਾਜ ਤੇ ਇਸ ਦੀ ਜ਼ਰੂਰੀ ਤੱਤ ਤੇ ਵਿਸ਼ੇਸ਼ਤਾਵਾਂ ਰਾਜ ਤੇ ਸਰਕਾਰ ਚੰਤਰ ਭਾਰਤੀ ਸੰਘਵਾਦ ਦਾ ਸਰੂਪ ਸੰਘ ਤੇ ਰਾਜਾਂ ਦੇ ਆਪਸੀ ਸਬੰਧ ਸੰਗੀਕਾਰ ਚਪਾਲ ਕਾ ਰਾਸ਼ਟਰਪਤੀ ਉਪ ਰਾਸ਼ਟਰਪਤੀ ਇਹ ਸਾਰੇ ਟੌਪਿਕ ਸਤੰਬਰ ਅਕਤੂਬਰ ਚ ਹੀ ਨਵੰਬਰ ਦੇ ਵਿੱਚੋਂ ਮੈਂ ਸੋਚਦਾ ਨਹੀਂ ਵੀ ਕੋਈ ਟਾਪਿਕ ਲੈਣਾ ਜਿਹਦਾ ਜੇ ਲੈਣਾ ਵੀ ਹੋਏ ਤੇ ਜਾਤ ਜਿਆਦਾ ਪਹਿਲਾ ਟਾਪਿਕ ਲਿਆ ਜਾਏ ਸਰਕਾਰ ਦੇ ਰੂਪ ਸੰਸਦੀ ਅਤੇ ਪ੍ਰਧਾਨਗੀ ਜਿਹੜਾ ਸਰਕਾਰ ਦੇ ਰੂਪ ਇਕਾਤਮਕ ਤੇ ਸੰਘਾਤਮਕ ਹੈ ਲੋਕਤੰਤਰੀ ਤਾਨਾਸ਼ਹੀ ਹੈ ਸਰਕਾਰ ਦੇ ਅੰਗ ਵਿਧਾਨਪਾਲਿਕਾ ਸੰਘੀ ਕਾਰਜਪਾਲਿਕਾ ਪ੍ਰਧਾਨ ਮੰਤਰੀ ਤੇ ਮੰਤਰੀ ਪਰਿਸ਼ਦ ਇਹ ਟਾਪਿਕ ਕੁਝ ਜ਼ਿਆਦਾ ਹੋ ਜਾਣਗੇ ਪਲੱਸ 2 ਲਈ ਇਸ ਕਰਕੇ ਇਹਨਾਂ ਟਾਪਿਕ ਵਿੱਚੋਂ ਕੁਐਸਚਨ ਨਹੀਂ ਆਉਣਾ ਚਾਹੀਦਾ ਸੋ ਇਹੀ ਸਿਲੇਬਸ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ ਇਹੀ ਸਿਲੇਬਸ ਹੈ ਸੋ ਪਿਆਰੇ ਵਿਦਿਆਰਥੀਓ 40 ਨੰਬਰ ਦਾ ਪੇਪਰ ਹੋਏਗਾ ਤੇ ਪੇਪਰ ਦਾ ਪੈਟਰਨ ਉਹੀ ਰਹੇਗਾ ਚਾਰ ਭਾਗਾਂ ਵਿੱਚ A B C D ਮੈਂ ਸੋਚਦਾ ਜਿੱਥੇ 12 ਨੰਬਰ ਦਾ ਪੇਪਰ 16 ਕੁਐਸਚਨ ਹੋਣੇ ਛੋਟੇ 2-2 ਨੰਬਰ ਦੇ ਉੱਥੇ 8 ਪਾਏ ਜਾਣ ਠੀਕ ਹੈ ਤੁਹਾਡੇ ਸਾਬ ਨਾਲ ਸਾਰਾ ਸਿਲੇਬਸ 50% ਕਰਤਾ ਜਾਏਗਾ ਬਹੁਤ ਜਲਦ ਤੁਹਾਡੇ ਨਾਲ ਕੁਐਸਚਨ ਪੇਪਰ ਮੈਂ ਸ਼ੇਅਰ ਕਰਾਂਗਾ ਆ ਬਹੁਤ ਜਲ ਤੁਹਾਨੂੰ ਕੁਐਸਚਨ ਪੇਪਰ ਸ਼ੇਅਰ ਕਰਤਾ ਜਾਏਗਾ ਠੀਕ ਹੈ ਸੋ ਜਿਹੜਾ 22 ਮਨਥਲੀ ਐਗਜ਼ਾਮ ਨਵੰਬਰ 2022 ਹੈ ਇਹ ਬਹੁਤ ਜਲ 26 ਨਵੰਬਰ ਤੋਂ ਐਗਜ਼ਾਮ ਸ਼ੁਰੂ ਨੇ ਸੋ ਥੈਂਕ ਯੂ ਵੈਰੀ ਮਚ ਕੀਪ ਵਾਚਿੰਗ ਕਨਸੈਪਟ ਗੁਰੂ ਕੇ ਕੇ ਥੈਂਕ ਯੂ